ਸਟਾਰਟ। ਪਿਛਲੇ ਕੁਝ ਮਹੀਨੇ ਤੋਂ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਪਾਲਮਪੁਰ ਦੇ ਨੇੜੇ ਪੈਂਦੇ ਇੱਕ ਛੋਟੇ ਜਿਹੇ ਪਿੰਡ ਸੁਲਾਹ ਦਾ ਨਾਂ ਅਖਬਾਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਡੰਡੀ ਚਰਚਾ ਇਹ ਹੈ ਕਿ ਇਸ ਪਿੰਡ ਦੇ ਅੰਦਰ ਸਥਿਤ ਇੱਕ ਨਲਕੇ ਦਾ ਪਾਣੀ ਖਾਂਸੀ, ਦਮਾ, ਮੈਦੇ ਦੇ ਜ਼ਖਮ ਅਤੇ ਹੋਰ ਬਹੁਤ ਸਾਰੀਆਂ ਲਾ ਇਲਾਜ ਬਿਮਾਰੀਆਂ ਦੇ ਪੱਕੇ ਅਤੇ ਸਥਾਈ ਇਲਾਜ ਲਈ ਸਹੀ ਸਾਬਤ ਹੋਇਆ ਹੈ ਅਤੇ ਸੈਂਕੜੇ ਮਰੀਜ਼ ਇਸ ਚਮਤਕਾਰੀ ਪਾਣੀ ਦੀ ਵਰਤੋਂ ਕਰਕੇ ਪੁਰਾਣੀਆਂ ਅਤੇ ਲਾ ਇਲਾਜ ਬਿਮਾਰੀਆਂ ਤੋਂ ਨਿਜਾਤ ਪਾ ਕੇ ਤੰਦਰੁਸਤੀ ਦਾ ਜੀਵਨ ਜਿਉਂ ਰਹੇ ਹਨ। ਡੰਡੀ ਇਸ ਚਮਤਕਾਰੀ ਪਾਣੀ ਨੂੰ ਪ੍ਰਾਪਤ ਕਰਨ ਲਈ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਪਿੰਡ ਵਿੱਚ ਪਹੁੰਚ ਰਹੇ ਹਨ। ਡੰਡੀ ਪਾਣੀ ਲੈਣ ਆਏ ਲੋਕਾਂ ਲਈ ਰਹਿਸ਼ ਦਾ ਪ੍ਰਬੰਧ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਦੇ ਬਹਾਨੇ ਇਲਾਕੇ ਦੇ ਸੈਂਕੜੇ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰੁਜ਼ਗਾਰ ਮਿਲ ਗਿਆ ਹੈ ਅਤੇ ਉਹ ਚਾਹ, ਪੀਪੀਆਂ, ਕੈਨਾਂ ਆਦਿ ਦੀਆਂ ਦੁਕਾਨਾਂ ਖੁੱਲ ਗਈਆਂ ਹਨ। ਡੰਡੀ ਇੱਥੇ ਹੀ ਬਸ ਨਹੀਂ, ਪਾਣੀ ਦੇ ਚਮਤਕਾਰੀ ਹੋਣ ਦੇ ਪ੍ਰਚਾਰ ਕਾਰਨ ਇਸ ਨਲਕੇ ਪ੍ਰਤੀ ਲੋਕ ਮਨਾਂ ਅੰਦਰ ਸ਼ਰਧਾ ਭਾਵ ਉਤਪੰਨ ਹੋ ਗਿਆ ਹੈ ਅਤੇ ਧੂਪ ਬੱਤੀ ਨਾਲ ਨਲਕੇ ਦੀ ਪੂਜਾ ਸ਼ੁਰੂ ਹੋ ਗਈ ਹੈ। ਡੰਡੀ ਇਸ ਸਥਿਤੀ ਦਾ ਆਰਥਿਕ ਅਤੇ ਅਧਿਆਤਮਿਕ ਲਾਭ ਪ੍ਰਾਪਤ ਕਰਨ ਲਈ ਵਿਹਲੜ ਸਾਧੂਆਂ ਦੇ ਵੱਗ ਵੀ ਪੱਕੇ ਤੌਰ 'ਤੇ ਇੱਥੇ ਡੇਰਾ ਜਮਾਉਣ ਲਈ ਜਮ੍ਹਾਂ ਹੋ ਰਹੇ ਹਨ। ਡੰਡੀ ਕੁੱਲ ਮਿਲਾ ਕੇ ਇੱਥੇ ਕਿਸੇ ਚੰਗੇ ਖਾਸੇ ਤੀਰਥ ਅਸਥਾਨ ਵਰਗਾ ਨਜ਼ਾਰਾ ਅਤੇ ਮਾਹੌਲ ਬਣ ਗਿਆ ਹੈ। ਡੰਡੀ ਇੱਕ ਨਲਕੇ ਦੇ ਪਾਣੀ ਨਾਲ ਹੀ ਪੁਰਾਣੀਆਂ ਅਤੇ ਲਾ ਇਲਾਜ ਬਿਮਾਰੀਆਂ ਪੱਕੇ ਤੌਰ 'ਤੇ ਠੀਕ ਹੋਣ ਦੇ ਇਸ ਅਲੋਕਾਰੀ ਨੁਸਖੇ ਦੀ ਚਰਚਾ ਸੁਣ ਕੇ ਹਰ ਚੇਤਨ ਵਿਅਕਤੀ ਦੇ ਮਨ ਅੰਦਰ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਇਸ ਸਮੁੱਚੇ ਵਰਤਾਰੇ ਦੀ ਅਸਲੀਅਤ ਕੀ ਹੈ? ਕਿ ਇਸ ਪਾਣੀ ਨਾਲ ਸੱਚਮੁੱਚ ਹੀ ਬਿਮਾਰੀਆਂ ਠੀਕ ਹੋ ਰਹੀਆਂ ਹਨ ਜਾਂ ਇਹ ਵਹਿਮ ਅਤੇ ਭਰਮ ਹੀ ਹੈ? ਡੰਡੀ ਲੋਕ ਮਨਾਂ ਅੰਦਰ ਸੱਚਾਈ ਵਜੋਂ ਸਥਾਪਿਤ ਹੋ ਰਹੇ ਇਸ ਵਰਤਾਰੇ ਦੀ ਵਿਗਿਆਨਿਕ ਨਜ਼ਰੀਏ ਤੋਂ ਚੀਰਫਾੜ ਕਰਕੇ ਇਹ ਵੇਖਣਾ ਬਣਦਾ ਹੈ ਕਿ ਵੱਡੀ ਗਿਣਤੀ ਅਨਪੜ੍ਹਾਂ ਅਤੇ ਅਗਿਆਨਤਾ ਦੀ ਸ਼ਿਕਾਰ ਹੈ, ਜਿਸ ਕਰਕੇ ਉਹ ਵਹਿਮਾਂ ਭਰਮਾਂ, ਅੰਧ ਵਿਸ਼ਵਾਸਾਂ ਅਤੇ ਪਰਾਭੌਤਿਕ ਵਰਤਾਰਿਆਂ ਦੇ ਸੱਚ ਹੋਣ ਵਿੱਚ ਯਕੀਨ ਰੱਖਦੀ ਹੈ। ਡੰਡੀ ਸਾਡੇ ਸਮਾਜ ਵਿੱਚ ਵਿਗਿਆਨਿਕ ਅਤੇ ਤਰਕਸ਼ੀਲ ਵਿਚਾਰਾਂ ਦੇ ਪ੍ਰਚਾਰ ਦੀ ਘਾਟ ਹੈ। ਡੰਡੀ ਲੋਕਾਂ ਦਾ ਵਰਤਾਰਿਆਂ ਅਤੇ ਸਮਾਜਿਕ ਘਟਨਾਵਾਂ ਨੂੰ ਸਮਝਣ ਅਤੇ ਪਰਖਣ ਦਾ ਦ੍ਰਿਸ਼ਟੀਕੋਣ ਗੈਰ ਵਿਗਿਆਨਿਕ ਅਤੇ ਅਧਿਆਤਮਿਕ ਹੈ। ਡੰਡੀ ਇਸ ਲਈ ਕਿਸੇ ਵੀ ਵਰਤਾਰੇ ਜਾਂ ਘਟਨਾ ਨੂੰ ਸੱਚ ਵਜੋਂ ਤਸਲੀਮ ਕਰ ਲੈਣਾ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਬਣ ਗਿਆ ਹੈ। ਡੰਡੀ ਇਸ ਦੇ ਸਿੱਟੇ ਵਜੋਂ ਕੁਝ ਚਲਾਕ ਲੋਕ ਆਮ ਲੋਕਾਂ ਦੀ ਅਜਿਹੀ ਅੰਧ ਵਿਸ਼ਵਾਸੀ ਅਤੇ ਵਹਿਮਾਂ ਭਰਮਾਂ ਗ੍ਰਸੀ ਮਾਨਸਿਕਤਾ ਦਾ ਬੜੀ ਆਸਾਨੀ ਨਾਲ ਫਾਇਦਾ ਉਠਾ ਲੈਂਦੇ ਹਨ। ਡੰਡੀ ਇਹ ਚਲਾਕ ਲੋਕ ਘਟਨਾਵਾਂ ਨੂੰ ਸੱਚਾਈ ਬਣਾ ਕੇ ਪੇਸ਼ ਕਰਨ ਵਿੱਚ ਇੰਨੀ ਤੇਜ਼ੀ ਅਤੇ ਮੁਹਾਰਤ ਤੋਂ ਕੰਮ ਲੈਂਦੇ ਹਨ ਕਿ ਸਧਾਰਨ ਲੋਕਾਂ ਨੂੰ ਇਹ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ ਕਿ ਘਟਨਾ ਅੰਦਰ ਕੋਈ ਸੱਚਾਈ ਵੀ ਹੈ ਕਿ ਨਹੀਂ। ਡੰਡੀ ਕੋਈ ਵੀ ਸਮਝਦਾਰ ਆਦਮੀ ਇਹ ਮੰਨਣ ਵਾਸਤੇ ਤਿਆਰ ਨਹੀਂ ਹੋ ਸਕਦਾ ਕਿ ਇੱਕ ਇਲਾਕੇ ਦੇ ਸਧਾਰਨ ਪਾਣੀ ਨਾਲ ਲਾ ਇਲਾਜ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ। ਡੰਡੀ ਜੇਕਰ ਕਿਸੇ ਪਾਣੀ ਵਿੱਚ ਕੋਈ ਔਸ਼ਧੀ ਤੱਕ ਹੋਵੇ ਤਾਂ ਉਹ ਕਿਸੇ ਹੱਦ ਤੱਕ ਕਿਸੇ ਬਿਮਾਰੀ ਨੂੰ ਰੋਕ ਸਕਦਾ ਹੈ। ਡੰਡੀ ਸੁਲਾਹ ਪਿੰਡ ਦੇ ਇਸ ਇਲਾਕੇ ਦੇ ਪਾਣੀ ਬਾਰੇ ਕਿਸੇ ਵਿਅਕਤੀ ਜਾਂ ਸੰਸਥਾ ਵੱਲੋਂ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਡਾਕਟਰੀ ਵਿਗਿਆਨ ਅਨੁਸਾਰ ਇਸ ਵਿੱਚ ਕੋਈ ਔਸ਼ਧੀ ਤੱਤ ਮੌਜੂਦ ਹਨ। ਡੰਡੀ ਇਸ ਸਭ ਕੁਝ ਮੋਰ ਦੇ ਖੰਭ ਨਾਲ ਗੱਡੀ ਰੋਕ ਦੇਣ
ਅਤੇ ਜਮਾਂਦਰੂ ਅੰਨੇ ਨੂੰ ਸੁਜਾਖਾ ਕਰ ਦੇਣ ਵਾਲੀਆਂ ਘਟਨਾਵਾਂ ਦੀ ਲੜੀ ਦੀ ਹੀ ਇੱਕ ਘਟਨਾ ਹੈ ਡੰਡਿੰਗ। ਕੁਝ ਦਿਨਾਂ ਬਾਅਦ ਇਹ ਚਰਚਾ ਬੰਦ ਹੋ ਜਾਵੇਗੀ ਡੰਡਿੰਗ।